ਇਹ ਤਸਵੀਰਾਂ ਬਰਤਾਨਵੀ ਰਾਜ ਸਮੇਂ ਦੇ ਨਾਭਾ ਰਿਆਸਤ ਦੇ ਰਾਜੇ ਦੀਆਂ ਨੇ, ਜਿੱਥੇ ਰਾਜੇ ਰਿਪੂਦਮਨ ਸਿੰਘ ਨੂੰ ਅੰਗਰੇਜ਼ਾਂ ਦੇ ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ 'ਚ ਮੋਰਚਾ ਲਗਾਇਆ ਗਿਆ, ਜਿਸ ਨੂੰ ਜੈਤੋ ਦੇ ਮੋਰਚੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨ ਦਿੱਤਾ ਸੀ। ਇਸ ਮੋਰਚੇ ਦੇ ਵਿੱਚ ਅਨੇਕਾਂ ਹੀ ਪਰਿਵਾਰਾਂ ਨੇ ਸ਼ਹੀਦੀਆਂ ਪਾਈਆਂ ਤੇ ਸਭ ਤੋਂ ਵੱਧ ਸ਼ਹੀਦੀਆਂ ਪੰਜਾਬ ਦੇ ਨਾਭਾ ਰਿਆਸਤ ਦੇ ਪਿੰਡ ਲੋਹਟ ਬੱਦੀ ਨੇ ਦਿੱਤੀਆਂ ਅਤੇ ਅੱਜ ਇਸ ਨਗਰ ਦੇ ਵੱਲੋਂ ਨਾਭਾ ਰਿਆਸਤ ਹੀਰਾ ਮਹਿਲ ਵਿਖੇ ਮਹਾਰਾਜਾ ਹੀਰਾ ਸਿੰਘ ਦੇ ਵੰਸ਼ਜ ਮਹਾਰਾਣੀ ਉਮਾ ਸਿੰਘ ਅਤੇ ਰਾਣੀ ਪ੍ਰੀਤੀ ਸਿੰਘ ਅਤੇ ਅਭੀ ਉਦੇ ਪ੍ਰਤਾਪ ਸਿੰਘ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਤੇ ਪਰਿਵਾਰ ਦੇ ਵੱਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਹੈ। ਦੱਸ ਦਈਏ ਕਿ ਨਾਭਾ ਦਾ ਅਕਾਲਗੜ੍ਹ ਗੁਰਦੁਆਰਾ, ਜਿੱਥੋਂ ਜੈਤੋ ਦੇ ਮੋਰਚੇ ਦੀ ਸ਼ੁਰੂਆਤ ਹੋਈ। ਜੈਤੋ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਦੋਂ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਰਾਜੇ ਰਿਪੂਦਮਨ ਸਿੰਘ ਨੂੰ ਨਾਭਾ ਦੀ ਗੱਦੀ ਤੋਂ ਲਾ ਕੇ ਰਿਆਸਤ ਚੋਂ ਬਾਹਰ ਕੱਢ ਦਿੱਤਾ। ਇਸ ਘਟਨਾ ਦੇ ਵਿਰੁੱਧ ਸਾਰੇ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਫੈਲ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ 5 ਅਗਸਤ 1923 ਨੂੰ ਅੰਮ੍ਰਿਤਸਰ ਦੇ ਵਿੱਚ ਬੈਠਕ ਰੱਖੀ ਅਤੇ ਮਹਾਰਾਜਾ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ। 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿੱਚ ਨਾਭਾ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ। ਸਿੱਖਾਂ ਦੇ ਵੱਲੋਂ 9 ਸਤੰਬਰ ਨੂੰ ਪੰਜਾਬ ਦੇ ਵਿੱਚ ਧਰਨੇ ਤੇ ਮੁਜ਼ਾਹਰੇ ਕੀਤੇ ਗਏ। ਜੈਤੋ ਮੰਡੀ ਵਿੱਚ ਵੀ ਵਿਰੋਧ 'ਚ ਦੀਵਾਨ ਸਜਾਇਆ ਗਿਆ ਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ। ਜੈਤੋ ਵਿਖੇ ਵੀ ਅਖੰਡ ਪਾਠ ਸਾਹਿਬ ਦੀ ਲੜੀ ਨੂੰ ਸ਼ੁਰੂ ਕੀਤਾ ਗਿਆ, ਜਿਸ ਨੂੰ ਅੰਗਰੇਜ਼ੀ ਹਕੂਮਤ ਨੇ ਵੱਡੀ ਬਗਾਵਤ ਦੇ ਤੌਰ 'ਤੇ ਲਿਆ ਅਤੇ 14 ਸਤੰਬਰ ਨੂੰ ਜਦੋਂ ਗੁਰੂ ਘਰ ਦੇ ਵਿੱਚ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਵਿੱਚ ਦੀਵਾਨ ਸਜਿਆ ਹੋਇਆ ਸੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਤਾਂ ਇਸੇ ਵਿਚਾਲੇ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਦੇ ਅੰਦਰ ਦਾਖਲ ਹੋ ਕੇ ਗ੍ਰੰਥੀ ਸਿੰਘਾਂ ਨੂੰ ਖਿੱਚ ਕੇ ਬਾਹਰ ਕੱਢ ਲਿਆ ਤੇ ਅਖੰਡ ਪਾਠ ਸਾਹਿਬ ਨੂੰ ਖੰਡਿਤ ਕਰ ਦਿੱਤਾ। ਇਸੇ ਹੀ ਘਟਨਾ ਨੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ 'ਚ ਬਦਲ ਦਿੱਤਾ। ਇਸ ਤਰ੍ਹਾਂ ਦੇ ਨਾਲ ਜੈਤੋ ਮੋਰਚੇ ਦਾ ਆਰੰਭ ਹੋਇਆ, ਜਿਸ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਸਾਹਿਬ ਨੂੰ ਮੁੜ ਅਖੰਡਿਤ ਰੂਪ ਦੇ ਵਿੱਚ ਚਾਲੂ ਕਰਨਾ ਸੀ। ਅੰਮ੍ਰਿਤਸਰ ਤੋਂ ਹਰ ਰੋਜ਼ 25-25 ਸਿੰਘਾਂ ਦੇ ਜਥੇ ਜੈਤੋ ਵੱਲ ਭੇਜਣੇ ਸ਼ੁਰੂ ਕੀਤੇ ਗਏ। 25 ਸਿੰਘਾਂ ਦਾ ਹੀ ਇੱਕ ਜਥਾ ਹਰ ਰੋਜ਼ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਇਹਨਾਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਜੰਗਲਾਂ 'ਚ ਲਿਜਾ ਕੇ ਛੱਡ ਦਿੱਤਾ ਜਾਂਦਾ। ਇੱਥੋਂ ਹੀ ਜੈਤੋ ਮੋਰਚੇ ਦੀ ਸ਼ੁਰੂਆਤ ਹੋਈ ਸੀ। ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੇ ਵੰਸ਼ਜ ਮਹਾਰਾਣੀ ਉਮਾ ਸਿੰਘ ਤੇ ਰਾਣੀ ਪ੍ਰੀਤੀ ਸਿੰਘ ਅਤੇ ਅਭੀ ਉਦੇ ਪ੍ਰਤਾਪ, ਜਿਨ੍ਹਾਂ ਨੂੰ ਹੀਰਾ ਮਹਿਲ ਦੇ ਵਿੱਚ ਸਨਮਾਨਿਤ ਕੀਤਾ ਗਿਆ ਹੈ। ਸੰਗਤ ਦਾ ਕਹਿਣਾ ਹੈ ਕਿ ਮਹਾਰਾਜਿਆਂ ਵੱਲੋਂ ਜੋ ਕੁਝ ਉਹਨਾਂ ਨੂੰ ਦਿੱਤਾ ਗਿਆ ਹੈ, ਉਹ ਅੱਜ ਵੀ ਉਸਨੂੰ ਭੁੱਲ ਨਹੀਂ ਸਕਦੇ। ਆਜ਼ਾਦੀ ਦੇ ਵਿੱਚ ਉਹਨਾਂ ਦਾ ਜੋ ਵੀ ਯੋਗਦਾਨ ਰਿਹਾ ਹੈ, ਉਸਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਮੈਂ ਆਪਣੇ ਆਪ ਕੋ ਵੈਸੇ ਬਹੁਤ ਭਾਗਿਆਸ਼ਾਲੀ ਸਮਝਦੀ ਹੂੰ ਕਿ ਵਾਪਸ ਉਨ ਪਰਿਵਾਰੋਂ ਸੇ ਜੁੜਨੇ ਕਾ ਮੌਕਾ ਮਿਲਾ ਕਿ ਜਿਨਕੇ ਪੂਰਵਜੋ ਨੇ ਹਮਾਰੇ ਪੂਰਵਜੋ ਕੇ ਲਿਏ ਤਬ ਬੜੇ ਬਲੀਦਾਨ ਦੀਏ ਥੇ। ਯੇ ਲੋਟਬੰਦੀ ਪਿੰਡ ਹੈ ਜਿਸਕੇ ਪੂਰੇ ਪਿੰਡ ਕੋਈ ਜ਼ਿਲ੍ਹਾ ਵਦਨ ਕਰ ਦਿਆ ਥਾ ਅੰਗਰੇਜ਼ੋ ਨੇ। ਅਬ ਜਬ ਮੁਝੇ ਇਨਕੇ ਬਾਰੇ ਮੈਂ ਪਤਾ ਪੜਾ, ਮੈਂ ਸਮਝਤੀ ਥੀ ਜ਼ਿਲ੍ਹਾ ਵਦਨ ਮਤਲਬ ਇੱਕ ਜਗ੍ਹਾ ਸੇ ਉਹਨੇ ਦੂਸਰੀ ਜਗ੍ਹਾ ਸ਼ਿਫਟ ਕਰ ਦਿਆ। ਪਰ ਜਬ ਮੁਝੇ ਡਿਟੇਲ ਮੈਂ ਪਤਾ ਪੜਾ ਤੋ ਯੇ ਥਾ ਕਿ ਜ਼ਿਲ੍ਹਾ ਵਦਨ ਮੇਂ ਉਨ ਲੋਗੋ ਕੇ ਜਿਨ ਲੋਗੋ ਕੋ ਜ਼ਿਲ੍ਹਾ ਵਦਨ ਕਿਹਾ ਥਾ ਉਨਕੇ ਸਾਹਮਣੇ ਪੂਰੇ ਪਿੰਡ ਉਨਕੇ ਸਾਹਮਣੇ ਉਨਕੇ ਘਰ ਉਨਕੇ ਡੰਗਰ ਉਨਕੇ ਪੂਰੇ ਘਰ ਕਾ ਸਮਾਨ ਸਭ ਇੱਕ ਇੱਕ ਚੀਜ਼ ਨਿਲਾਮ ਕਰ ਦਿੱਤੀ ਅਤੇ ਉਹਨਾਂ ਨੇ ਖਾਲੀ ਹੱਥ ਵਹਾਂ ਸੇ ਭੇਜਾ ਤਾ।
हाँ जी, बहुत बड़ी बात है आप किसी के लिए, अपने राजा के लिए इतनी बड़ी कुर्बानी दे सकें। और मुझे नहीं लगता, मतलब आज जैसे मेरा घर है, मैं एक एक चीज़ अपनी जोड़ती हूँ, उसको मेरे सामने नीलाम करा जाएगा तो कैसे लगता है। तो उस टाइम क्या जज्बा रहा होगा लोगों को कि अपने सामने अपनी ज़मीन जायदाद सब नीलाम हो गया, लेकिन वो झुके नहीं। तो आज सबके दर्शन करके ये लगता है कि शायद इनके पूर्वजों के भी दर्शन हो गए। और जब इन्हें मैंने यहाँ बुलाया था सम्मान करने के लिए, उसके बाद आज ये पूरा पिंड वापस इकट्ठा होके आया है उस बात का थैंक यू बोलने के लिए। तो मुझे बहुत खुशी है कि जो मेरा मोटिव था उस टाइम सबको बुला के उस परिवार को सम्मान करने का, वो मैं सम्मान दे पाई। तो मुझे बहुत बहुत धन्यवाद उन सबका कि आज दोबारा यहाँ पर आके मिले, और बहुत अच्छा लगा। नहीं, मैं उनको बहुत धन्यवाद कहती हूँ अपनी तरफ से। पहली बार जब आए थे मैं उनसे मिल नहीं पाई क्योंकि मेरे पति बीमार थे उस टाइम, मैं यहाँ नहीं थी, पर अभी बहुत अच्छा लग रहा है मैं उनसे मिल पा रही हूँ। वाहेगुरु जी का खालसा, वाहेगुरु जी की फतेह। तो जिदा तुम वेख रहे हो इधर जैतो मोर्चे लिए साढ़े फैमिली दे लिए लग्या सी जैतो मोर्चा महाराजा रिपुदमन सिंह जी लिए। उस मोर्चे च जिहड़े शहीदां सीगे उन्हां दे परिवार अज हीरा महल आए ने, तो बहुत खुशी हो रही है कि आपां उन्हां नूं हीरा महल बुला सके ते आपां उन्हां तों मिल सके। तो अंग्रेज़ हुकूमत ने 7 जुलाई 1923 नूं इह हुक्म जारी कीता महाराजा साहिब जी नूं गुरगद्दी, जिहड़ी इह गद्दी सी महाराजा नाभा रियासत दी उह तों लाहुण दा। और एक दिन विच ही ये फैसला लेके 3 लख जो भत्ता सीगा गुजारा भत्ता दे के 9 जुलाई नूं देहरादून भेज दिता गया सी। सो इन्हां दी जिहड़ियां कुरबानियां ने इस खानदान दियां असी कदे भी भुला नहीं सकदी सिख कौम, कदे भी दे नहीं दे सकदे। हाँ जी, अज नगर लोहटवदी दे विचों जिथे महाराजा साहब दा, महाराजा हीरा सिंह जी दा एडा वड्डा प्यार उस नगर दे नाल, क्योंकि ਸਾਡੇ ਇਲਾਕੇ ਦੇ ਵਿੱਚੋਂ ਤਕਰੀਬਨ 15 ਜ਼ਿਲ੍ਹਾ ਵਤਨ ਹੋਏ, ਉਹਨਾਂ ਵਿੱਚੋਂ 11 ਇਸ ਨਗਰ ਦੇ ਜ਼ਿਲ੍ਹਾ ਵਤਨ ਸਨ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਸੰਤ ਸਿਪਾਹੀ ਮਹਾਂਪੁਰਖ, ਮਹਾਨ ਜਪ ਤਪ ਦੇ ਮਾਲਕ ਮਹਾਂਪੁਰਖ, ਜਿਹੜੇ ਇਸ ਖਾਨ ਦੇ ਨਾਲ ਖਾਨਦਾਨ ਨਾਲ ਬੜਾ ਪਿਆਰ ਸੀ, ਉਸ ਨਗਰ ਦਾ ਸੰਤ ਬਾਬਾ ਧਿਆਨ ਸਿੰਘ ਜੀ ਦੀ ਕਮਾਈ, ਮਹਾਂਪੁਰਖਾਂ ਦੀ ਕਮਾਈ ਦੇ ਸਦਕਾ ਉਸ ਨਗਰ ਦੇ ਵਿੱਚ ਗੁਰਸਿੱਖੀ ਨਾਲ ਮਹਾਰਾਜਾ ਸਾਹਿਬ ਨਾਲ ਇਹ ਪਿਆਰ ਸੀ। ਇਸ ਕਰਕੇ ਅੱਜ ਬਹੁਤ ਨਗਰ ਦੇ ਵਿੱਚੋਂ ਜਿਤਨੇ ਵੀ ਇਹ ਸਾਰੇ ਨਗਰ ਲੋਹਟਵਦੀ ਵਿੱਚੋਂ ਪਰਿਵਾਰ ਆਏ ਹਨ। ਪਿੰਡ ਆ ਇਹ ਨਾਭਾ ਰਿਆਸਤ ਦਾ ਇੱਕ ਪਰਗਨਾ ਸੀ, ਜਿਹੜੀ ਇਹਦੀ ਫੁੱਲ ਰਿਆਸਤ ਸੀ ਉਹ ਫੂਲ ਸੀ, ਅਤੇ ਮਹਾਰਾਜਾ ਹੀਰਾ ਸਿੰਘ ਜੀ ਨਾਲ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਲਗਾਅ ਸੀ। ਮਹਾਰਾਜਾ ਹੀਰਾ ਸਿੰਘ ਜੀ ਨੇ ਤਕਰੀਬਨ ਸਾਡੇ ਪਿੰਡ ਦੇ ਵਿੱਚ 20 ਖੂਹ ਲਗਵਾਏ ਆਪਦੇ ਕੋਲੋਂ ਸਹਾਇਤਾ ਦੇ ਕੇ। ਅਤੇ ਉਸ ਤੋਂ ਬਾਅਦ ਜਦੋਂ ਵੀ ਜਦੋਂ ਜੈਤੋਂ ਦਾ ਮੋਰਚਾ ਲੱਗਿਆ ਤਾਂ ਸਾਡੇ ਪਿੰਡ ਦੇ ਵਿੱਚੋਂ ਤਕਰੀਬਨ 17 ਜਿਹੜੇ ਸਿੰਘ ਸੀਗੇ ਉਹ ਗ੍ਰਿਫਤਾਰ ਹੋਏ। ਇੱਕ ਸਿੰਘ ਸ਼ਹੀਦ ਹੋਇਆ ਮਹਾਂ ਸਿੰਘ ਜੇਲ੍ਹ ਦੇ ਵਿੱਚ। ਅਤੇ ਉਸ ਤੋਂ ਬਾਅਦ ਜਦੋਂ ਵੀ ਮਹਾਰਾਜਾ ਰਿਪਦਮਨ ਸਿੰਘ ਜੀ ਨਾਲ ਖਾਸ ਪਿਆਰ ਕਰਕੇ ਆਮ ਆਉਣਾ ਜਾਣਾ ਸੀਗਾ, ਅਤੇ ਹੀਰਾ ਸਿੰਘ ਜੀ ਦਾ ਵੀ ਬਹੁਤ ਆਉਣਾ ਜਾਣਾ ਸੀ। ਸਾਡੇ ਜਿਹੜੀ ਇਹ ਰਿਆਸਤ ਸੀਗੀ ਇਹਨੂੰ ਇੱਕ ਅਹਿਮ ਰਿਆਸਤ ਮੰਨਿਆ ਜਾਂਦਾ ਸੀਗਾ, ਨਾਭਾ ਰਿਆਸਤ ਦੀ। ਅਤੇ ਇਸ ਤਰ੍ਹਾਂ ਸਾਡੇ ਨਗਰ ਨਾਲ ਮਹਾਰਾਜ ਦਾ ਪਿਆਰ ਹੋਣ ਕਰਕੇ ਅਤੇ ਅਸੀਂ ਵੀ ਇਸ ਜਿਹੜੇ ਸਾਡੇ ਜਿਹੜੇ ਪੁਰਖਿਆਂ ਦਾ ਇਹ ਸੰਬੰਧ ਸੀਗਾ ਰਿਆਸਤ ਨਾਲ ਉਹਨੂੰ ਹੋਰ ਪੱਕਾ ਕਰਨ ਦੇ ਲਈ ਅਤੇ ਮਹਾਰਾਣੀ ਸਾਹਿਬ ਨੂੰ ਬੇਨਤੀ ਕੀਤੀ, ਇਹ ਸਾਡੇ ਨਗਰ ਗਏ ਅਤੇ ਹੁਣ ਅਸੀਂ ਸਮੂਹ ਨਗਰ ਨਿਵਾਸੀ ਆਪਣੇ ਜਿਹੜੇ ਕੰਵਰ ਜੀ ਨੇ
ਅਤੇ ਮਹਾਰਾਣੀ ਸਭਾ ਦਾ ਮਾਣ ਸਨਮਾਨ ਕਰਨ ਦੇ ਲਈ ਇੱਥੇ ਪਹੁੰਚੇ ਹਾਂ। ਜਦ ਅਸੀਂ ਹਿਸਟਰੀ ਪੜ੍ਹਦੇ ਹਾਂ ਸਾਡਾ ਬਹੁਤ ਸੁਰੱਖਿਆ ਹੋ ਜਾਂਦਾ। ਮਹਾਰਾਜ ਸਾਹਿਬ ਦਾ ਇਤਨਾ ਪਿਆਰ ਸੀ ਸਾਡੇ ਪਿੰਡ ਨਾਲ ਅਤੇ ਜਾਨਵਰ ਨੂੰ ਤਿਆਰ ਸੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਵੀ ਸਾਨੂੰ ਜਦ ਵੀ ਆਉਣਾ ਮਹਾਰਾਜ ਸਾਹਿਬ ਨੇ ਕਿਸੇ ਗੱਲ ਵੱਲੋਂ ਕਦੇ ਵੀ ਕੋਈ ਜਵਾਬ ਨਹੀਂ। ਨਹਿਰ ਦਾ ਪਾਣੀ ਸਾਨੂੰ ਵੱਧ ਦਿੱਤਾ ਹੋਇਆ ਸੀ ਅਤੇ ਖੂਹ ਲੱਗੇ ਰਿਆਸਤ ਦੇ ਵਿੱਚ 45 ਜਿਹਦੇ 'ਚ 20 ਸਾਡੇ ਲੱਗੇ। ਇਹ ਪ੍ਰਾਪਤੀਆਂ ਨੇ ਜੀ, ਇਕੱਲੇ ਪਿੰਡ ਨੂੰ 20 ਮਿਲੇ, ਬਾਕੀਆਂ ਨੂੰ ਕਿਤੇ 4 ਕਿਤੇ 2 ਕਿਤੇ। ਉਦੋਂ ਖੂਹ ਬਹੁਤ ਵੱਡੀ ਗੱਲ ਹੁੰਦੀ ਸੀ ਉਸ ਸਮੇਂ ਦੇ ਵਿੱਚ। ਜਦ ਹਿਸਟਰੀ ਪੜ੍ਹਦੇ ਹਾਂ ਅਸੀਂ ਇਹਨਾਂ ਬਜ਼ੁਰਗਾਂ ਦੀ ਮਹਾਰਾਜਾਂ ਦੀ ਅਤੇ ਸਿਰ ਉੱਚਾ ਹੁੰਦਾ ਜੀ। ਅਸੀਂ ਬਹੁਤ ਖੁਸ਼ ਹਾਂ ਇਸ ਗੱਲ ਦੇ ਵਿੱਚ। ਅੱਜ ਅਸੀਂ ਖੁਸ਼ੀ ਪ੍ਰਾਪਤ ਕਰਨਾ ਆ, ਕਬਰ ਨੂੰ ਸਨਮਾਨਿਤ ਕਰਨਾ ਸੀ। ਸਾਡੇ ਮਨ ਦੇ ਵਿੱਚ ਇਹ ਸੀਗਾ ਵੀ ਸ਼੍ਰੀ ਸਾਹਿਬ ਨਾਲ ਸਨਮਾਨਿਤ ਕੀਤਾ ਜਾਵੇ, ਸਾਰੇ ਨਗਰ ਬਣੇ। ਤੁਹਾਡੇ ਬਜ਼ੁਰਗਾਂ ਦਾ ਕੀ ਯੋਗਦਾਨ ਰਿਹਾ? ਹਾਂਜੀ, ਤੁਹਾਡੇ ਬਜ਼ੁਰਗਾਂ ਦਾ ਕੀ ਯੋਗਦਾਨ ਰਿਹਾ ਇਸ ਮੋਰਚੇ ਦੇ, ਜੈਤੋ ਦੇ ਮੋਰਚੇ 'ਚ? ਸਾਡੇ ਬਜ਼ੁਰਗਾਂ ਦਾ ਕੋਈ ਨਹੀਂ ਸੀਗਾ ਜੀ, ਸਾਡੇ ਸਾਰੇ ਪਿੰਡ ਦੇ ਹੀ ਸੀਗਾ ਜੀ, ਕਿਉਂਕਿ ਪਿੰਡ ਸਾਰੇ ਸਾਡੇ ਇੱਕ ਪਾਸੇ ਸੀ। ਦੇਖੋ ਮੋਰਚਾ ਤਾਂ ਲੱਗਿਆ ਹੋਇਆ ਸੀ, ਲੇਕਿਨ ਮੋਰਚੇ ਦੇ ਵਿੱਚ ਸਾਡੇ ਪਿੰਡ ਨੂੰ ਕੀ ਗਿਣਿਆ ਜਾਂਦਾ ਸੀਗਾ ਵੀ ਨੋਟਬੰਦੀ ਦਾ ਕੋਈ ਬੰਦਾ ਮਾਫ਼ੀ ਮੰਗੇ। ਜਾਂ 11ਵਾਂ ਜੱਥਾ ਗਿਆ ਜੀ, ਉਹਦੇ ਵਿੱਚ ਸਾਡੇ 3 ਜਾਂ 4 ਸਿੰਘ ਸੀ। ਜਾਂ ਪਤਾ ਲੱਗਿਆ ਪੁਲਿਸ ਨੂੰ ਵੀ ਨੋਟਬੰਦੀ ਦੇ 4 ਬੰਦੇ ਇਹਦੇ ਵਿੱਚ 11ਵੇਂ ਜੱਥੇ 'ਚ, ਤਾਂ ਉੱਥੋਂ ਜਾ ਕੇ ਲਹਿਦਾ ਕਰ ਲਿਓ ਅਤੇ ਉਹਨਾਂ 'ਤੇ ਕੁੱਟਮਾਰ ਹੋਣ ਲੱਗੀ। ਅਤੇ ਕੀ ਕਹਿੰਦੇ ਸੀ ਵੀ ਤੁਸੀਂ ਮਾਫ਼ੀ ਮੰਗੋ? ਉਹ ਕਹਿੰਦੇ ਵੀ ਮਾਫ਼ੀ ਨਹੀਂ ਮੰਗਣੀ ਕਿਸੇ ਕੀਮਤ 'ਤੇ ਸੀ। ਭਾਵ ਕੀ ਸੀ, ਸਾਡੇ ਪਿੰਡ 'ਤੇ ਖਾਸ ਕਰਕੇ ਨਿਗਾਹ ਰੱਖੀ ਜਾਂਦੀ ਸੀਗੀ ਨੋਟਬੰਦੀ 'ਤੇ, ਅਤੇ ਸਾਡੇ ਲੋਕਾਂ ਨੂੰ ਇੰਨਾ ਸੀਗਾ ਵੀ ਮਹਾਰਾਜ ਦੇ ਪਿੱਛੇ ਅਸੀਂ ਕੁਛ ਵੀ ਕਰ ਸਕਦੇ ਜੀ, ਸਾਨੂੰ ਮਰ ਮਿਟਣ ਸਾਈਂ ਗਏ ਆ। ਹੁਣ ਅੱਜ ਵੀ ਅਸੀਂ ਪਿਆਰ ਕਰਦੇ ਹਾਂ ਜੀ, ਕਿਉਂਕਿ ਬਜ਼ੁਰਗਾਂ ਨੇ ਜੋ ਕੁਝ ਦੱਸਿਆ ਸਾਨੂੰ, ਅਸੀਂ ਉਹ ਸੁਣ ਕੇ ਬਹੁਤ ਖੁਸ਼ ਹੁੰਦੇ ਹਾਂ ਵੀ ਸਾਨੂੰ ਆਹ ਵੀ ਦਿੱਤਾ ਮਹਾਰਾਜ ਨੇ, ਆਹ ਵੀ ਦਿੱਤਾ ਮਹਾਰਾਜ ਨੇ। ਇਹਨਾਂ ਗੱਲਾਂ ਨੂੰ ਦੇਖ ਕੇ ਅੱਜ ਅਸੀਂ ਫਿਰ ਸਨਮਾਨਿਤ ਕਰਨ ਆਇਆ ਕੌਰ ਜੀ। ਤੁਸੀਂ ਪੁਰਾਣੇ ਪੁਰਾਤਨ ਮਹਿਲ ਵਿੱਚ ਪਹੁੰਚੇ ਹੋਗੇ, ਹਾਂਜੀ, ਕਿਸ ਤਰ੍ਹਾਂ ਦੇਖ ਰਹੇ? ਬਹੁਤ ਵਧੀਆ ਦੇਖ ਰਹੇ ਹਾਂ, ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਬਣੀਆਂ ਹੋਈਆਂ ਇਹ ਤਾਂ ਅਸੀਂ ਵਿਸਾਰ ਹੀ ਦਿੱਤੀਆਂ। ਇਹ ਵੀ ਸ਼ੁਕਰ ਹੈ ਜਿਹੜਾ ਤਿਆਰ ਹੋਣ ਲੱਗ ਗਿਆ, ਇਹ ਬਹੁਤ ਵਧੀਆ ਸੋਚੀ, ਨਹੀਂ ਤਾਂ ਬਿਲਕੁਲ ਢਹੀ ਜਾਂਦੀਆਂ ਨੇ ਸਾਰੇ ਸਾਡੇ ਕੀ ਹਾਲ ਹੋ ਰਿਹਾ। ਸਰਕਾਰ ਦਾ ਤਾਂ ਕੋਈ ਲਗਾ ਨਹੀਂ ਨਾ ਗੱਲਾਂ 'ਚ, ਨਿਸ਼ਾਨੀ ਤਾਂ ਆਖਰੀ ਉਹ ਟੈਟੇਗਰੀ ਹੋ ਜਾਣੀ। ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਚੰਗੀ ਗੱਲ ਹੋ ਗਈ ਜੀ, ਜਿਹੜਾ ਆ ਕੇ ਤਿਆਰ ਕਰਵਾ ਰਹੇ, ਬਹੁਤ ਖੁਸ਼ੀ ਦੀ ਗੱਲ ਹੈ।